ਜਿੰਦਾ ਰਹਿ, ਜਿੰਦਾ ਹੀ ਰਹਿ ਤਾਂ ਚੰਗੀ ਗੱਲ ਹੈ, ਬਹਿ ਜਾ ਮੇਰੀ ਮੇਰੀ ਗੱਦ 'ਚ ਬਹਿ ਜਾ। ਇਹ ਬੱਚਾ ਤੁਸੀਂ ਅੱਜ ਕੱਲ੍ਹ ਹਰਮਨ ਚੀਮੇ ਦਾ ਗਾਣਾ ਸੁਣਿਆ ਹੋਣਾ ਸਲੇਟੀਆਂ, ਉਹਦਾ ਇੱਕ ਜਵਾਬ ਦਿੱਤਾ ਸੀ, ਕਿੱਦਾਂ ਜਵਾਬ ਦਿੱਤਾ ਸੀ? ਹਾਏ ਮੈਂ ਕਿੱਦਾਂ ਜਵਾਬ ਦਊਂ ਸਾਡੇ ਦੇ ਵਿੱਚੋਂ। ਇੰਟਰਨੈਟ 'ਤੇ ਸਰਚ ਕਰੇ, ਯੂਟਿਊਬ 'ਤੇ ਮਿਸ ਲਵ ਯੂ ਦੇਖਿਆ ਹੋਣਾ ਤੁਸੀਂ ਕਿ ਹਰਮਨ ਚੀਮੇ ਨੇ ਜਿਹਦੇ ਵਾਸਤੇ ਗਾਣਾ ਗਿਆ ਸੀ ਕੁੜੀ ਵਾਸਤੇ ਸਲੇਟੀਆਂ ਸਲੂਟੀਆਂ, ਉਹ ਇਹੀ ਕੁੜੀ। ਚਲੋ ਜੀ, ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਮਾਤਾ ਦੀ ਜੀ। ਅੱਛਾ, ਹਾਂਜੀ ਜੀ, ਸੁਣੋ ਜੀ, ਬਹੁਤੀਆਂ ਗੱਲਾਂ ਨਾ ਕਰਦੇ ਹੋਏ ਥੋੜੀਆਂ ਜਿਹੀਆਂ, ਇੱਕ ਬੜਾ ਪਿਆਰਾ ਜਿਹਾ ਗੋਡ ਗਿਫਟ ਮਿਲਿਆ ਜੀ ਮੈਨੂੰ ਮਹਾਮਾਈ ਦੇ ਆਸ਼ੀਰਵਾਦ ਦੇ ਨਾਲ ਬਚਪਨ ਤੋਂ ਹੀ। ਸੁਣੋ ਜੀ, ਥੋੜੀਆਂ ਜਿਹੀਆਂ, ਤੁਸੀਂ ਬਹੁਤ ਸਾਰੇ ਮਿਮਿਕਰੀ ਆਰਟਿਸਟ ਦੇਖੇ ਉਹਨਾਂ ਨੇ ਜਿਹੜੇ ਬੜੇ ਵਧੀਆ ਵਧੀਆ ਆਵਾਜ਼ਾਂ ਕੱਢਦੇ ਨੇ, ਮੈਂ ਥੋੜੀਆਂ ਜਿਹੀਆਂ ਆਵਾਜ਼ਾਂ ਕੱਢੂੰਗਾ ਜੀ, ਜਿਹੜੀ ਜਿਹੜੀ ਆਵਾਜ਼ ਅੱਛੀ ਲੱਗੀ ਤਾਣੀਆਂ ਦੇ ਨਾਲ ਆਪਣਾ ਆਸ਼ੀਰਵਾਦ ਜ਼ਰੂਰ ਦੇਣਾ ਜੀ। ਸੁਣੋ ਜੀ, ਸਭ ਤੋਂ ਪਹਿਲਾਂ ਸਾਡੇ ਪੰਜਾਬ 'ਚ ਲਾਈਟ ਬੜੀ ਜਾਂਦੀ ਹੈ ਜੀ, ਸੋ ਜਨਰੇਟਰ ਦੀ ਬੜੀ ਜ਼ਰੂਰਤ ਪੈਂਦੀ ਹੈ, ਸੋ ਜਨਰੇਟਰ ਕਿੱਦਾਂ ਸਟਾਰਟ ਹੁੰਦਾ ਜੀ? ਉਸ ਤੋਂ ਬਾਅਦ ਜੀ, ਅੱਜ ਕੱਲ੍ਹ ਤਾਂ ਬਹੁਤ ਸਾਰੇ ਮੋਟਰਸਾਈਕਲ ਆ ਗਏ ਜੀ, ਜਿਹੜੇ ਸਾਡੇ ਬਜ਼ੁਰਗ ਹੁੰਦੇ ਸੀ ਉਹ ਯਾਮਾ ਚਲਾਉਂਦੇ ਹੁੰਦੇ ਸੀਗੇ ਜੀ, ਸੋ ਯਾਮਾ ਦੀ ਆਵਾਜ਼ ਕਿੱਦਾਂ ਦੀ ਹੁੰਦੀ ਸੀ? ਚਲੋ ਜੀ, ਉਸ ਤੋਂ ਬਾਅਦ ਸਾਡੇ ਜਦੋਂ ਪੰਜਾਬ ਦੇ ਵਿੱਚ ਵਿਆਹ ਦਾ ਦਿਨ ਹੁੰਦਾ ਜਾਂ ਫਿਰ ਕੋਈ ਵੀ ਖੁਸ਼ੀ ਦਾ ਦਿਨ ਹੋਵੇ ਤਾਂ ਬਾਜੇ ਵੱਜਦੇ ਨੇ ਜੀ, ਅਤੇ ਬਾਜੇ ਕਿੱਦਾਂ ਵੱਜਦੇ ਨੇ ਜੀ ਸਾਡੇ ਰਫੀ ਭਾਜੀ ਥੋੜ੍ਹਾ ਸਾਥ ਦੇਣਗੇ ਜੀ? ਚਲੋ ਜੀ, ਵਾਜੇ ਕਿੱਦਾਂ ਵੱਜਦੇ ਨੇ? ਉਸ ਤੋਂ ਬਾਅਦ ਜੀ, ਜਦੋਂ ਦੋ ਬਿੱਲੀਆਂ ਆਪਸ ਵਿੱਚ ਲੜਦੀਆਂ ਨੇ ਅਤੇ ਹੁੰਦਾ ਕੀ ਹੈ ਕਿ ਜਦੋਂ ਇੱਕ ਏਰੀਆ ਬਣਿਆ ਹੁੰਦਾ ਕਿਸੇ ਮੰਤਰੀ ਦਾ ਜਾਂ ਪ੍ਰਧਾਨ ਦਾ ਕਿ ਹਾਂ ਵੀ ਆਹ ਵਾਲਾ ਏਰੀਆ ਮੇਰਾ, ਇੱਦੀ ਬਿੱਲੀਆਂ ਨੇ ਆਪਣਾ ਘਰ ਬਣਾਇਆ ਹੁੰਦਾ ਕਿ ਹਾਂ ਵਾਲੀ ਆਹ ਵਾਲਾ ਜਿਹੜਾ ਘਰ ਹੈ ਉਹ ਮੇਰਾ ਹੈ, ਜੇ ਕੋਈ ਦੂਸਰੀ ਬਿੱਲੀ ਆ ਕੇ ਉੱਥੇ ਐਂਟਰ ਕਰਦੀ ਹੈ ਤਾਂ ਦੂਜੀ ਬਿੱਲੀ ਨੂੰ ਗੁੱਸਾ ਚੜ ਜਾਂਦਾ ਜਿਹਦਾ ਉਹ ਘਰ ਹੁੰਦਾ ਹੈ, ਉਹ ਟੁੱਟ ਕੇ ਪੈ ਜਾਂਦੀ ਕਿ ਤੂੰ ਮੇਰੇ ਘਰ ਦਾ ਦੁੱਧ ਕਿੱਦਾਂ ਪੀਤਾ, ਹੁਣ ਉਹ ਕਿੱਦਾਂ ਕਹਿੰਦੀ ਆ? ਕਹਿੰਦੀ ਨਹੀਂ ਨਹੀਂ ਸੋਰੀ ਭੈਣ ਜੀ, ਮੈਨੂੰ ਪਤਾ ਨਹੀਂ ਸੀ ਤੁਹਾਡਾ ਘਰ ਆ, ਮੈਂ ਇੱਥੇ ਆਉਣਾ ਨਹੀਂ ਸੀ। ਕਹਿੰਦੇ ਨਹੀਂ ਹੁਣ ਮੈਂ ਤੈਨੂੰ ਛੱਡਣਾ ਨਹੀਂ, ਤੂੰ ਮੇਰੇ ਘਰ ਦਾ ਸਾਰਾ ਹੀ ਦੁੱਧ ਪੀ ਲਿਆ। ਲਓ ਜੀ, ਬਿੱਲੀਆਂ ਦੋਨੋਂ ਆਪਸ ਵਿੱਚ ਲੜਨਾ ਸ਼ੁਰੂ ਕਰ ਦਿੰਦੀਆਂ, ਹੁਣ ਲੜਦੀਆਂ ਕਿੱਦਾਂ ਨੇ? ਉਸ ਤੋਂ ਬਾਅਦ ਜੀ, ਹਾਥੀ ਦੀ ਆਵਾਜ਼ ਤੁਸੀਂ ਸਾਰਿਆਂ ਨੇ ਸੁਣੀ ਹੋਣੀ ਹੈ ਜੀ, ਵੈਸੇ ਜਿਹੜੀ ਮੇਰੀ ਸ਼ਕਲ ਹੈ ਬਾਂਦਰ ਵਰਗੀ ਹੈ, ਪਰ ਫਿਰ ਮੈਂ ਤੁਹਾਨੂੰ ਹਾਥੀ ਦੀ ਆਵਾਜ਼ ਕੱਢ ਕੇ ਸੁਣਾਊਂਗਾ ਜੀ। ਸੋ ਹਾਥੀ ਦੀ ਆਵਾਜ਼ ਕਿੱਦਾਂ ਦੀ ਹੁੰਦੀ ਹੈ ਜੀ? ਉਸ ਤੋਂ ਬਾਅਦ ਜੀ, ਜਦੋਂ ਅਸੀਂ ਪਹਾੜੀ ਇਲਾਕੇ ਦੇ ਵਿੱਚ ਜਾਂਦੇ ਹਾਂ, ਸਾਡੀ ਆਦਤ ਹੁੰਦੀ ਹੈ ਅਸੀਂ ਕਿਸੇ ਵੀ ਬਾਂਦਰ ਨੂੰ ਛੇੜ ਦਿੰਦੇ ਹਾਂ ਜਦੋਂ ਕੋਈ ਬਾਂਦਰ ਬੈਠਾ ਹੋਵੇ, ਜਦੋਂ ਅਸੀਂ ਉਹਨੂੰ ਛੇੜਦੇ ਹਾਂ ਤਾਂ ਸਾਡੇ ਮਗਰ ਕਿੱਦਾਂ ਹੁੰਦਾ ਬਾਂਦਰ ਪੈਂਦਾ? ਉਸ ਤੋਂ ਬਾਅਦ ਜੀ, ਆਖਰੀ ਆਵਾਜ਼ ਮੇਰੀ ਆਪਣੀ ਆਵਾਜ਼ ਯਾਨੀ ਕਿ ਕੁੱਤਿਆਂ ਦੀ ਆਵਾਜ਼। ਸਾਡੇ ਪੰਜਾਬ ਦੇ ਲੋਕਾਂ ਦੀ ਆਦਤ ਹੁੰਦੀ ਜਦੋਂ ਕੋਈ ਕੁੱਤਾ ਕਿਤੇ ਸੁੱਤਾ ਹੋਵੇ ਉਹਨੂੰ ਜਾਣ ਕੇ ਛੇੜ ਜਾਣਾ ਜੀ, ਬਿਨਾਂ ਗੱਲੋਂ ਤੰਗ ਕਰੀ ਜਾਣਾ, ਕੋਈ ਕੁੱਤਾ ਸੁੱਤਾ ਪਿਆ ਉਹਨੂੰ ਬੁਲਾਉਣਾ ਸ਼ੁਰੂ ਕਰ ਦੇਣਾ, ਟੋਮੀ ਆਹ ਆਹ, ਅੱਗੇ ਕੁੱਤਾ ਬੜਾ ਖੁਸ਼ ਹੋ ਜਾਂਦਾ, ਬੰਦਾ ਫਿਰ ਨਹੀਂ ਹਟਦਾ, ਫਿਰ ਉਹਨੂੰ ਬੁਲਾਉਂਦਾ ਰਹੂੰਗਾ ਟੋਮੀ ਆਜਾ ਆਜਾ। ਕੁੱਤੇ ਨੂੰ ਲੱਗਦਾ ਵੀ ਸ਼ਾਇਦ ਮੈਨੂੰ ਕੁਛ ਖਾਣ ਨੂੰ ਪਹੁੰਚ ਜਾ ਰਿਹਾ, ਕੁੱਤਾ ਹੋਰ ਜ਼ਿਆਦਾ ਐਕਸਾਈਟਡ ਹੋ ਕੇ ਆਉਂਦਾ। ਅੱਗੇ ਬੰਦਾ ਕੁੱਤੇ ਨੂੰ ਖਾਣ ਨੂੰ ਕੁਛ ਨਹੀਂ ਪਾਉਂਦਾ, ਕੁੱਤੇ ਨੇ ਕਿਸੇ ਨਾ ਕਿਸੇ ਦੇ ਮਗਰ ਪਾ ਦਿੰਦਾ ਹੈ, ਹੁਸ਼ ਹੁਸ਼ ਹੁਸ਼, ਫਿਰ ਕੁੱਤਾ ਕਿੱਦਾਂ ਕਰਦਾ ਜੀ? ਅੱਗੇ ਬੰਦੇ ਨੂੰ ਬੜਾ ਗੁੱਸਾ ਚੜਦਾ, ਇੱਟ ਚੱਕਦਾ ਜ਼ੋਰ ਦੀ ਮਾਰਦਾ ਕੁੱਤੇ ਦੇ, ਹੁਣ ਕੁੱਤਾ ਰੋਂਦਾ ਕਿੱਦਾਂ ਆ? Oh,
उस तो बाद जो कुत्ते होंगे जी ये भी दो तरह के होंगे जी, एक पढ़िया लिखा कुत्ता एक अनपढ़ कुत्ता। जो पढ़े लिखे कुत्ते होंगे हम पढ़े लिखे होंगे अपनी वाइफ को वाइफ कह के बुलाते इंग्लिश के क्योंकि वह पढ़े लिखे होंगे हूँ अपनी वाइफ को वाइफ कितना कहते हैं जेडे अनपढ़ कुत्ते होंगे उन्होंने पता नहीं भी वाइफ को कहना की है वो अपनी वाइफ को बहु कह के बुलाते हैं हूँ अपनी वाइफ को बहु कितना कहते हैं उस तो बाद जी आखिरी आवाज कीड़ी की आवाज कटन जा रहा जी कीड़ी की आवाज जी कीड़ी की आवाज कहने कहने सुनी जी हाथ खड़ा करके दसो जी किसी ने नहीं सुनी जी ये बड़ी हल्की जी बड़ी नाजुक जी आवाज़ होंगी जी सो ध्यान दे सुननी बनी है जी क्योंकि मेरा गला भी खराब है जोर ज़्यादा लग गया जी मेरा थोड़ा जहा सुनो जी हाँ जी अच्छा जी सुनो जी बड़ी हल्की जी आवाज़ है ध्यान सुनो जी जिन्हों जिन्हें सुन गई ताड़ियाँ बजा दे जी सुनो जी अपना सारे ने आशीर्वाद देना जी तो मैं बहुत खुश नसीब हाँ जी बहुत लक्की हाँ कि मैं इस फैमिली के नाल जुड़िया जी इन्हों की जुत्ती के नाल जुड़िया मेरे वास्ते बहुत वड्डी गल है जी सुनो जी छोटे छोटे बच्चों की गल करूँगा जे प्यारे प्यारे बच्चे होंगे बड़े शरारती होंगे जी अजीबो गरीब जी गल घर बैठे करते रहोंगे मतलब घर कभी भी टेके नहीं बैठ सकते एक छोटा जहा बच्चा अपनी मम्मी बिना गलों तंग करी जाना बिना गलों तंग करी जा रहा घर बैठा मम्मी मम्मी अब टूटी जो पानी आता पर पानी आता कितों की आ कहती बेटा नहर च आता क्या मैं नहर दिखाओ कहते बेटा मैं नहर नहीं दिखा सकती जाके अपने प्यो का दिमाग खा लो जी बच्चा अपने प्यो के को चला गया कहना पापा पापा टूटी जो पानी आ रहा पानी आता कितों की आ कहना बेटा मैंने पता कितों का कहना तुम्हें पता होना कहना नहीं पता बेटा कहना पापा मैंने दसो ना टूटी जो पानी आता कितों की आ कहना बेटा नहर च आता है कहना नहर च आता कहना पापा मैंने नहर दिखाओ कहना चल भरावा तेन नहर लैके जावा दिखाने तू मैं तंग करी जाना सर दिन लो जी नहर दिखाने लग गया कहता आ बेटा देख इनू नहर कहें ये नहर होंगी है पिछों अपने प्यो न लत्त मारी नहर च सुटा घर भजा भजा गया घर जाके अपनी माँ को पता कि कहना मम्मी मम्मी टूटी च लग दे टूटी चो डैडी आते होने ये तो कुछ नहीं साढ़े कोकड़ू भाजी कितने गए जी सुनो जी साढ़े नाल एक कोकड़ू भाजी ने आ गए जी ये जेडे भाजी ने इन्हें कपड़े की दुकान चले गए उधर जाके पूछने लग पे कहते भाजी तुहाड़े कोल इदां दा कोई कपड़ा है जिहड़ा कुकड़ नूं बोआ दी ते जच जावे कहते यार तू इदां दा कपड़ा की करना जिहड़ा कुकड़ दे बोआ दी ते जचण लग पे कहता नहीं मेरे कोई जचता नहीं मेरा मूँह कुकड़ वर्गा मैं पा के देखना सॉरी अच्छा भाई असी गोदड़ी सुनाउण लगे उस तो बाद माफी आओ जी।